ਇਹਦੇ ਦੀਆਂ ਚੀਜ਼ਾਂ ਇੱਥੇ ਪਈਆਂ ਨੇ, ਇਹਦੇ ਦੀਆਂ ਚੀਜ਼ਾਂ ਇੱਥੇ ਪਈਆਂ ਨੇ। ਵੇਖੋ ਮੈਂ ਵੀ ਹੁਣ ਬਣ ਜਾਣਾ ਜੋਨ 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 ਜੋਨੀ ਉਹ ਨਹੀਂ ਜੋਨ ਜੋਨ ਵਾਲੀ ਆ ਇਹ ਜੋਨ ਵਾਲੀ ਆ। ਸਲਾਮ ਅਲੈਕਮ ਅਤੇ ਵੈਲਕਮ ਕਰਨਾ ਜੀ ਅੱਜ ਮੈਂ ਆਪਣੇ ਨਵੇਂ ਵਲੌਗ ਵਿੱਚ। ਅਤੇ ਅੱਜ ਦਾ ਵਲੌਗ ਹੈ ਜੀ, ਅਸੀਂ ਗਏ ਹਾਂ ਜੀ ਆਪਣੇ ਮਾਮੂ ਦੀ ਦੁਕਾਨ 'ਤੇ, ਯਾਨੀ ਕਿ ਜਿਹੜਾ ਸ਼ਹਿਰ ਉਹਨਾਂ ਦਾ ਗੋਦਾਮ ਹੈ, ਉਹਨਾਂ ਜਿਹੜਾ ਨਾ ਨਵਾਂ ਗੋਦਾਮ ਲਿਆ। ਅਤੇ ਅਸੀਂ ਉੱਥੇ ਗਏ ਸਾਂ ਸਕਰੈਪ ਅਤੇ ਗੋਦਾਮ 'ਤੇ, ਅਤੇ ਅਸੀਂ ਆਇਆ ਜੀ। ਚਲੋ ਜੀ, ਅਸੀਂ ਜੇ ਆ ਹੀ ਗਏ ਤਾਂ ਥੋੜ੍ਹਾ ਵਲੌਗ ਬਣਾ। ਚਲੋ ਜੀ, ਸ਼ੁਰੂ ਕਰਨੇ ਹਾਂ ਜੀ ਅੱਜ ਦਾ। ਸਲਾਮ ਅਲੈਕਮ, ਅਤੇ ਕੀ ਹਾਲ ਹੈ? ਠੀਕ ਠਾਕ ਹੋ? ਅੱਜ ਅਸੀਂ ਆ ਗਏ ਨੀ ਮਾਮੂ ਦੇ ਗੋਦਾਮ, ਸਕਰੈਪ ਦਾ ਗੋਦਾਮ, ਅਤੇ ਸਕਰੈਪ ਦੇ ਗੋਦਾਮ 'ਤੇ ਆ ਗਏ। ਅਤੇ ਇੱਧਰ ਚੈੱਕ ਕਰੋ ਜੀ, ਇਹਦੇ ਦੀਆਂ ਚੀਜ਼ਾਂ ਇੱਥੇ ਪਈਆਂ ਨੇ, ਇਹਦੇ ਦੀਆਂ ਚੀਜ਼ਾਂ ਇੱਥੇ ਪਈਆਂ ਨੇ। ਵੇਖੋ, ਜਿਹਨਾਂ ਨੇ ਕਬਾੜ ਕਰਨਾ ਹੁੰਦਾ ਇੱਥੇ ਉਹ ਛੱਡਦੇ ਨੇ, ਉਹਨੂੰ ਵੀ ਸੁੱਟ ਗਏ ਨੇ ਘਰ ਵਾਲੇ ਸੁੱਟ ਗਏ ਨੇ ਨਾ। ਅਤੇ ਜਨਾਬ, ਅਸੀਂ ਕਿਹਾ ਚਲੋ ਜੀ ਅੱਜ ਨਾ ਆਪਣੇ ਮਾਮੂ ਦੇ ਗੋਦਾਮ 'ਤੇ, ਸਕਰੈਪ ਦੇ ਗੋਦਾਮ 'ਤੇ ਚੱਲੀਏ, ਅਤੇ ਉੱਥੇ ਜਾ ਕੇ ਚੀਜ਼ਾਂ ਚੈੱਕ ਕਰੀਏ, ਅਤੇ ਤੁਹਾਨੂੰ ਵੀ ਚੈੱਕ ਕਰਾਈਏ ਜੀ। ਉੱਥੇ ਚੀਜ਼ਾਂ ਮਾਸ਼ਾਅੱਲਾ ਚੰਗੀਆਂ ਪਈਆਂ ਨੇ, ਜਿਹੜੀਆਂ ਕੰਮ ਵੀ ਆ ਜਾਂਦੀਆਂ ਨੇ ਬਾਅਦ 'ਚੋਂ, ਠੀਕ ਹੈ। ਜਿਹੜੀ ਮਤਲਬ ਅੱਧੀ ਕੀਮਤ 'ਤੇ ਲੱਭ ਜਾਂਦੀਆਂ ਨੇ, ਮਤਲਬ ਕਿ ਅੱਧੀ ਕੀਮਤ ਜਿਹੜੀ ਚੀਜ਼ਾਂ ਲੱਭ ਜਾਣ ਉਹ ਉੱਥੇ ਪਈਆਂ ਹੁੰਦੀਆਂ ਨੇ, ਬਾਅਦ 'ਚ ਕੰਮ ਵੀ ਆ ਜਾਣ। ਉਹ ਸੋਫੇ ਨਵੇਂ ਸੋਫੇ ਉਰਾ ਯਾਰ, ਬਸ ਚੀਜ਼ਾਂ ਨੇ ਬੜੀਆਂ ਕਮਾ ਲਿਆ, ਸੋਫੇ ਚੈੱਕ ਕਰ ਨਵੇਂ ਹੈਵੀ ਪੇ ਨਵੇਂ ਹੈ, ਕਿਤਾਬਾਂ ਚੈੱਕ ਕਰ ਉਰਾ ਹੈ, ਉਹ ਵੀ ਨਵੀਆਂ ਨੁੱਕ ਦਵਾ ਯੂਨੀਕ ਬੱਚਿਆਂ ਨੇ ਨਾ, ਨਿੱਕੀ ਕਲਾਸ ਨੇ। ਲਓ ਜੀ, ਇਹ ਜੇ ਪੜ੍ਹਾਈ ਪੰਜਵੀਂ ਕਲਾਸ ਜਿਹਾ ਵੀ ਆ, ਜਨਰਲ ਸਾਇੰਸ ਇਹ ਕੀ ਲਿਖਿਆ ਮੁਕਾਸ ਨਵੀ ਇਹ ਕੀ ਮੁਕਸ ਮੁਰੀਦ ਜੋ ਵੀ ਜਿਹੜੇ ਇਹ ਵੇਖੋ ਜੀ, ਪੇਪਰ ਵੀ ਪਏ ਨੇ, ਟੈਲੀ ਰਿਸਪੋਂਸ ਪਾਵਰ ਜਿਹੜਾ ਜਾਦੂ ਨਹੀਂ ਕਰਦੇ ਬਾਬਾ, ਇੱਥੋਂ ਮੈਨੂੰ ਉਹ ਲੱਭ ਗਿਆ ਨਾ ਬੋਲਾ, ਕਿਹੜੀ ਕਿਤਾਬ ਨਹੀਂ ਕਿਆ ਹੈ ਮੈਪਨਾਟਿਜ਼ਮ ਕਿਆ ਹੈ? ਅੱਛਾ, ਇਹਦੇ 'ਚ ਮੈਨੂੰ ਉਹ ਕਿਤਾਬ ਲੱਗ ਗਈ ਨਾ ਜਿਹਦੇ ਵਿੱਚ ਪਤਾ ਉਹ ਲਿਖਿਆ ਹੁੰਦਾ ਲੜਕੀ ਦਾ ਵਾਕਿਆ ਜਾਂ ਲੜਕੇ ਦਾ ਵਾਕਿਆ, ਉਹ ਮੈਂ ਚੁੱਕ ਲੈ ਲੈਣੀ, ਇੱਥੋਂ ਮੈਂ ਚੁੱਕ ਕੇ ਲੈ ਲੈਣੀ ਯਾਰ। ਜਿਹਦੇ ਦੇ ਵਿੱਚ ਨਾਵਲ ਵਗੈਰਾ ਉਹ ਲੱਭੇ ਨਾ ਕਰੀ ਇੱਥੋਂ ਕਸਮ, ਮੈਂ ਵੀ ਹੁਣ ਬਣ ਜਾਣਾ ਜੋਨ 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 ਜੋਨੀ ਉਹ ਨਹੀਂ ਜੋਨ ਜੋਨ ਵਾਲੀ ਆ ਇਹ ਜੋਨ ਵਾਲੀ ਆ ਕੀ ਯਾਰ ਜੋਨ ਕੀ ਰੇਮ ਜੀ ਰੇਮ ਦੀ ਬਾਤ ਛੱਡ ਆ ਚੈੱਕ ਕਰ ਮੰਜੀ ਚੈੱਕ ਕਰ ਕਿੱਡਾ ਕੁ ਡਾਡਾ ਬੰਦਾ ਉੱਥੇ ਬੈਗ ਡਿੱਗਾ ਹੋਣਾ ਨਹੀਂ ਆਇਆ ਵੇਖ ਨਾ ਵੜ ਗਿਆ ਪ੍ਰੋਗਰਾਮ ਤੋਂ ਵੜ ਗਿਆ ਤੇਰੇ ਵਾਸਤੇ ਵਾਕਰ ਤੇਰੀ ਵਾਕਰ ਇਧਰ ਹੋ ਜਾ ਵੈਸੇ ਯਾਰ ਇੱਕ ਗੱਲ ਬਾਡੀਆਂ ਨਵੀਆਂ ਨੁੱਕ ਨੀ ਚੁੱਲ੍ਹਾ ਨਾਈਸ ਯਾਰ ਚੈੱਕ ਕਰ ਬਾਡੀ ਨਵੀਂ ਨੁੱਕ ਪਈ ਕਿ ਨਹੀਂ ਬਸ ਫਿਰ ਮਸ਼ੀਨਾਂ ਲਾਓ
ਤੇ ਸੈੱਟ ਹੋ ਗਏ ਕਿ ਨਹੀਂ ਮਸ਼ੀਨ ਪੂਰੀ ਨਵੀਂ ਹੈ ਨਾ ਗੱਲ ਹੁਣ ਭਾਈ ਅੱਗੇ ਆਓ ਕੋਈ ਵੀ ਲੋੜ ਪਈ ਇਹਨਾਂ ਚੀਜ਼ਾਂ ਦੀ ਹੈ ਚਾਹੇ ਕਰ ਲੈਣਾ ਅੱਜ ਵੇਖ ਜਾਣਾ ਤੇ ਕੋਈ ਵੀ ਚੀਜ਼ ਪਈ ਬੰਦੇ ਨੂੰ ਯਾਦ ਆ ਕੇ ਬੰਦਾ ਇੱਥੋਂ ਲੈ ਜਾਵੇ ਮਤਲਬ ਫਰਜ਼ ਕਰ ਹੁਣ ਕੋਈ ਅਸੀਂ ਹਿਸਾਬ ਦੀ ਕੋਈ ਚੀਜ਼ ਬਣਾ ਰਹੇ ਹਾਂ ਆਪਣੇ ਵਾਸਤੇ ਕੋਈ ਕੰਮ ਦੀ ਮਿਲ ਕੇ ਕੋਈ ਚੀਜ਼ ਬਣਾ ਲਈ ਫਰਜ਼ ਕਰ ਕੁਲਦੀ ਦੀ ਲੋਹਰੀ ਲੋੜ ਪੈ ਗਈ ਪੈਪਾਂ ਦੀ ਪੈ ਗਈ ਬੰਦਾ ਇੱਥੋਂ ਲੈ ਰਿਹਾ ਕਰੇ ਮਾਲ ਥੋੜਾ ਪਿਆ ਇੱਥੇ ਆ ਵੇਖ ਫਿਲਟਰ ਆ ਪਏ ਨੀ ਉਹ ਵੀ ਸੀਟ ਨਵੀਂ ਪਈ ਮੋਟਰਸਾਈਕਲ ਦੀ ਸੀਟ ਉਹ ਪਈ ਆ ਉਹ ਨਜ਼ਰ ਆ ਰਹੀ ਆ ਸੀਟ ਸਹੀ ਹੈ ਬਸ ਉੱਤੇ ਸੀਟ ਜਿਹੜੀ ਨਾ ਉਹ ਲਾ ਰਹੇ ਭਾਵੇਂ ਸੀਟ ਨਵੀਂ ਹੈ ਠੀਕ ਹੈ ਅਤੇ ਇਹ ਕੁਰਸੀਆਂ ਵੀ ਪਈਆਂ ਨੇ ਬਾਲਟੀਆਂ ਵੀ ਪਈਆਂ ਨੇ ਠੀਕ ਹੈ ਚੈੱਕ ਕਰ ਉਹ ਗੈਲਨ ਵੀ ਪਈ ਆ ਨਿੱਕੀ ਦੇ ਗੇਂਦ ਵਾਹ ਹਾਰਡ ਬਾਲ ਪ੍ਰੈਂਕ ਹੋ ਗਿਆ ਵੈਸੇ ਯਾਰ ਅੱਛੀਆਂ ਮਤਲਬ ਕੰਮ ਦੀਆਂ ਚੀਜ਼ਾਂ ਇਹ ਵੇਖ ਨਾ ਹੁਣ ਬ੍ਰੇਕ ਸ਼ੂ ਦਾ ਡੱਬਾ ਪਏ ਆ ਬਸ ਬ੍ਰੇਕ ਸ਼ੂ ਨਹੀਂ ਆ ਵਿੱਚ ਫਿਰ ਕਰਨਾ ਅਤੇ ਬੋਤਲ ਉਹ ਪਈ ਹੈ ਬੋਤਲ ਨਹੀਂ ਜਾਂਦੀ ਨੀਰੇ ਲੈ ਚੱਲਣਾ ਨਾਲ ਇੱਥੇ ਪੀਦੀ ਰਹੋ ਨਿਆਣਾ ਨੂੰ ਕੋ ਖੋਲੀਏ ਲੈ ਚੱਲੇਗਾ ਨਾਲ ਤੇ ਸਮਝਿਆ ਕਰਨਾ ਲੈ ਜਾਏਗਾ ਨਾ ਹੈ ਅਤੇ ਇੰਝ ਸਾਡਾ ਜਿਹੜਾ ਉਹਨੂੰ ਪਤਾ ਲੱਗੇਗਾ ਘਰੂਨ ਪੀਣੀ ਇੰਨੀ ਮੈਂ ਲੈ ਗਿਆ ਤਾਂ ਫਿਰ ਸਮਝ ਕੇ ਨਿਆਣਾ ਰੋਨੇ ਕੋ ਵੀ ਖੋਲੀ ਚਵਲ ਬੰਦਾ ਹਾਂ ਨਾ ਹੋਈ ਨਾ ਅਤੇ ਅਸੀਂ ਬਸ ਯਾਰ ਚੀਜ਼ਾਂ ਚੂਜ਼ਾਂ ਵੇਖਿਆ ਨਾ ਇੱਥੇ ਪਤਾ ਕਿਹੜੀ ਚੀਜ਼ਾਂ ਵੇਚਦੇ ਨੇ ਜਿਹੜੀਆਂ ਤੁਹਾਡੇ ਜਿਹੇ ਹੁੰਦੇ ਨੇ ਫਰਜ਼ ਕਰ ਲਓ ਹੁਣ ਤਿਉਹਾਰ ਦੀ ਕੋਈ ਚੀਜ਼ ਉੱਥੇ ਵੇਚ ਕੇ ਨਾ ਅਤੇ ਹੁਣ ਮਹਿਜੇ ਦੀ ਉਹ ਚੈੱਕ ਕਰ ਹੱਥ ਠੀਕ ਨਹੀਂ ਐਲਮ ਨਹੀਂ ਆ ਕਿਸੇ ਮਿੰਟ ਲਾਇਆ ਉਹ ਕੋਠੇ ਤੋਂ ਕਿਸੇ ਲਾਇਆ ਹੋਵੇ ਬਾਅਦ 'ਚ ਨਵੀਂ ਦੀਵਾਰ ਬਣੀ ਨਾ ਇੱਥੇ ਕੋਈ ਲਾ ਗਿਆ ਪਹਿਲੇ ਮਹਿਜੇ ਜੂ ਬਈ ਯਾਰ ਉਹ ਤੂੰ ਨਾ ਆਂਡਾ ਆਂਡਾ ਫਰਾਈ ਕਰਨ ਦਾ ਉਹ ਕੰਗਨ ਤੇਰੇ ਵਾਸਤੇ ਉਹ ਇਹ ਚੈੱਕ ਕਰੂੰ ਨਿਆ ਉਹ ਨਵੇਂ ਨੁੱਕ ਨੀ ਇਹ ਨਵੇਂ ਹੀ ਫੜਨ ਫੜ ਉਹਨੇ ਪੀ ਲਿਆ ਬੋਤਲ ਚੱਲ ਕੋਈ ਨੀ ਇਹ ਵੇ ਇਹ ਸੋਹਣਾ ਬਣੇ ਇਹਨੂੰ ਕਿਹੜਾ ਰੰਗ ਲੱਗੇ ਵਾ ਲੋ ਜੀ ਤੇ ਕੁੜੀਆਂ ਦਾ ਵੀ ਸਮਾਨ ਪਏ ਆ ਉਹ ਖੈਰ ਹੋਵੇ ਇਸਤਰੀ ਯਾਰ ਚੈੱਕ ਤੇ ਕਰਨਾ ਸਾਰਾ ਸਮਾਨ ਇਹ ਵੇ ਹੈ ਕੀ ਹੈ ਭਲਾ ਚੁੱਲ੍ਹੇ ਤੇ ਰੱਖਣ ਵਾਲੀ ਆ ਠੀਕ ਹੈ ਲੋ ਰੂਨ ਭਾਈ ਆਪ ਤੋਂ ਗਏ ਆਪ ਕੀ ਤੋਂ ਖਤਮ ਉਹ ਮਸਲਾ ਨਹੀਂ ਉਹ ਕੈਲਕੁਲੇਟਰ ਪਈ ਭਰਾ ਭਰਾ ਏ ਉਹ ਮੈਂ ਤੇ ਇਹਨਾਂ ਦਾ ਉਹ ਮੈਂ ਤਾਂ ਮਾਲ ਕਰਨ ਵਾਸਤੇ ਉਹਨਾਂ ਦਾ ਹੈ ਆਪਣਾ ਅਤੇ ਚਲੀਏ ਵਲਾਗ ਖਤਮ ਕਰੀਏ ਲਓ ਜੀ ਖਤਮ ਕਰਨੇ ਦੀ ਅੱਜ ਦਾ ਵਲਾਗ ਮਤੀ ਭਾਈ ਬੈਠੇ ਨੇ ਅਤੇ ਚਲੀਏ ਜੀ ਓਕੇ ਜੀ ਹਾਲਾ ਫਿਰ ਆਈ ਹੋਪ ਤੁਹਾਨੂੰ ਮਤਲਬ ਵੀਡੀਓ ਪਸੰਦ ਆਈ ਹੋਏਗੀ ਅਤੇ ਅਗਰ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਵੀ ਦਬਾ ਲਓ ਤਾਂ ਕਿ ਜਿਹੜਾ ਮਤਲਬ ਨਵਾਂ ਵਲਾਗ ਮੇਰਾ ਆਏਗਾ ਨਾ ਉਹ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਉਹਨੂੰ ਵੇਖ ਲਓ ਅਤੇ ਬਾਕੀ ਸਪੋਰਟ ਕਰੋ ਅਤੇ ਸ਼ੁਕਰੀਆ ਵੀਡੀਓ ਸ਼ੀਡੀਓ ਵੇਖਣ ਦਾ ਅਤੇ ਬਾਕੀ ਕਮੈਂਟ ਵੀ ਲਾਜ਼ਮੀ ਕਰਿਆ ਕਰੋ ਮੈਨੂੰ ਪਤਾ ਲੱਗੇ ਕਿ ਕਿਹੜਾ ਕਿਹੜਾ ਭਾਈ ਮੇਰੇ ਜਾਂ ਕਿਹੜੀ ਭੈਣ ਮੇਰੀ ਵੀਡੀਓ ਵੇਖ ਰਹੀ ਅਤੇ ਉਹ ਕਮੈਂਟ ਕਰ ਦਿਆ ਕਰੋ ਅਤੇ ਬਾਕੀ ਸ਼ੁਕਰੀਆ ਜੀ ਸਪੋਰਟ ਕਰਨ ਵਾਸਤੇ ਅਤੇ ਓਕੇ ਜੀ ਅੱਲਾ ਹਾਫਿਜ਼ ਮਿਲਦੇ ਹਾਂ ਜੀ ਨਵੇਂ ਵਲੌਗ ਵਿੱਚ ਓਕੇ ਅੱਲਾ ਹਾਫਿਜ਼